ਪੰਜਾਬ ਸਰਕਾਰ ਨੇ ਸੂਬੇ 'ਚ ਨਸ਼ਾ ਖਤਮ ਕਰਨ ਲਈ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਨੇ, ਜਿਸ ਤਹਿਤ ਰੂਪਨਗਰ 'ਚ ਪਿਛਲੇ ਕਈ ਦਿਨਾਂ ਤੋਂ ਥਾਣਾ ਨੰਗਲ ਦੀ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਐਸਪੀਡੀ ਅਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏਐਸਆਈ ਸੋਹਣ ਸਿੰਘ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਦਲਬੀਰ ਸਿੰਘ ਪੁੱਤਰ ਸੰਤੋਖ ਸਿੰਘ, ਜੋ ਕਿ ਰੂਪਨਗਰ ਦਾ ਰਹਿਣ ਵਾਲਾ ਹੈ, ਉਸਨੇ ਟਰੱਕ ਵਿੱਚ ਇੱਕ ਕੁਇੰਟਲ 5 ਕਿਲੋ ਚੂਰਾ ਪੋਸ ਲੁਕੋ ਕੇ ਰੱਖਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਇਸ ਟਰੱਕ ਨੂੰ ਨੰਗਲ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਫੜਿਆ। ਉਹਨਾਂ ਨੇ ਕਿਹਾ ਕਿ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਅੱਜ ਅਸੀਂ FIR ਨੰਬਰ 142 PS ਨੰਗਲ ਵਿੱਚ ਰਜਿਸਟਰ ਕੀਤੀ ਹੈ, ਜਿਹਦੇ 'ਚ ਅਸੀਂ 105 ਕਿਲੋ ਭੁੱਕੀ ਬਰਾਮਦ ਕੀਤੀ ਹੈ। SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ DSP ਅਨੰਦਪੁਰ ਸਾਹਿਬ, ਕਾਲੂ ਸਾਹਿਬ, SHO ਨੰਗਲ ਪਵਨ ਕੁਮਾਰ, ਇਹਨਾਂ ਦੇ ਕੋਲ ਇੱਕ ਸੀਕਰੇਟ ਇਨਫੋਰਮੇਸ਼ਨ ਸੀਗੀ, ਜਿਹਦੇ ਤਹਿਤ ਇਹਨਾਂ ਨੇ ਜਿਹੜੀ ਸਟੇਸ਼ਨ ਰੋਡ ਨੰਗਲ ਤੋਂ, ਰੇਲਵੇ ਰੋਡ ਨੰਗਲ ਤੋਂ ਟਰੱਕ ਬਰਾਮਦ ਕੀਤਾ, ਜਿਹਦੇ 'ਚ 105 ਕਿਲੋ ਦੇ ਕਰੀਬ ਭੁੱਕੀ ਬਰਾਮਦ ਕੀਤੀ ਗਈ ਹੈ ਜੀ। ਅਤੇ ਇਹਦੀ ਜਿਹੜਾ ਇਹਦੇ 'ਚ ਦਲਵੀਰ ਸਿੰਘ ਹੈਗਾ, ਉਹਦੇ 'ਚ FIR ਰਜਿਸਟਰ ਕੀਤੀ ਗਈ ਹੈ। ਅਤੇ ਇਹਦੀ ਮੋਟਰ ਸਪਰਿੰਟ ਇਹ ਹੈ ਵੀ ਦੇਖਾਂਗੇ ਵੀ ਜਿਹੜਾ ਟਰੱਕ ਹੈ, ਇਹਦੀ ਜਿਹੜੀ ਤੇਲ ਦੀ ਟੈਂਕੀ ਹੈ ਉਹਨੂੰ 75% ਤੱਕ ਖਾਲੀ ਰੱਖਿਆ ਗਿਆ, ਅਤੇ ਉਹਦੇ ਵਿੱਚ ਪਾ ਕੇ ਭੁੱਕੀ ਨੂੰ ਸਮਗਲ ਕਰਦਾ ਸੀ। ਇਹ ਫਿਲਹਾਲ ਫਰਾਰ ਹੈ ਅਤੇ ਬਹੁਤ ਛੇਤੀ ਇਹਨੂੰ ਦਲਬੀਰ ਸਿੰਘ ਫੜ ਲਿਆ ਜਾਏਗਾ। ਸਿਰਾ ਪੰਜਾਬ ਲਈ ਰੋਪੜ ਤੋਂ ਬਿਮਲ ਸੈਨੀ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।